are watching Channel Y. Channel Y, a South Asian Canadian channel. ਬਠਿੰਡੇ ਤੋਂ ਹਲਕਾ ਪੀਡੀਏ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਲੰਬੀ ਹਲਕੇ ਵਿੱਚ ਆਪਣਾ ਚੋਣ ਪ੍ਰਚਾਰ ਦਾ ਬਿਗੁਲ ਵਜਾ ਦਿੱਤਾ। ਇਸ ਮੌਕੇ ਸੁਖਪਾਲ ਖਹਿਰਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਅੱਜ ਹਰ ਵਿਅਕਤੀ ਪੰਜਾਬ ਦੇ ਹਾਲਾਤ ਤੋਂ ਜਾਣੂ ਹੈ। ਖਹਿਰਾ ਦਾ ਕਹਿਣਾ ਹੈ ਕਿ ਇੱਕ ਪਾਸੇ ਸੂਬੇ ਅੰਦਰ ਅਕਾਲੀ ਦਲ ਬਾਦਲ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ, ਜਿਨ੍ਹਾਂ ਨੇ ਰਕੀ ਰਲ ਕੇ ਸੂਬੇ ਨੂੰ ਲੁੱਟਿਆ। ਮੈਨੂੰ ਪਤਾ ਵਾ ਕਿ ਚੋਣ ਜ਼ਾਬਤਾ ਲੱਗਿਆ, ਲੇਕਿਨ ਇਲੈਕਸ਼ਨ ਕਮਿਸ਼ਨ ਕਾਂਗਰਸ ਦੇ ਕਹਿਣ ਦੇ ਉੱਤੇ ਜਾਂ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ, ਬਹੁਤ ਰੁਕਾਵਟਾਂ ਪਾ ਰਹੀ ਆ। ਸਾਨੂੰ ਸਾਡੀਆਂ ਮੀਟਿੰਗਸ, ਜਿਹੜੇ ਘਰਾਂ ਦੇ ਵਿੱਚ ਮੀਟਿੰਗਸ ਆ, ਉਹਦੇ 'ਤੇ ਵੀ ਪਾਬੰਦੀ ਆ। ਇਸ ਤੋਂ ਨਜ਼ਰ ਆਉਂਦਾ ਵਾ ਕਿ ਰਜਵਾੜਾ ਸ਼ਾਹੀ ਦਾ ਪੰਜਾਬ ਦੇ ਵਿੱਚ ਰਾਜ ਆ। ਸੋ ਅੱਜ ਲੰਬੀ ਦੇ ਵਿੱਚ ਬਹੁਤ ਲੋਕ ਸਾਨੂੰ ਸਹਿਯੋਗ ਦੇ ਰਹੇ ਨੇ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਹਿਯੋਗ ਦੇ ਰਹੇ ਨੇ, ਕਿਉਂਕਿ ਮੈਂ ਦੇਖ ਰਿਹਾ ਵਾਂ ਕਿ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਨੇ ਆਮ ਜਨਤਾ ਦੇ, ਚਾਹੇ ਉਹ ਵਿੱਦਿਆ ਹੈ, ਚਾਹੇ ਉਹ ਸਿਹਤ ਪ੍ਰਣਾਲੀ ਹੈ, ਚਾਹੇ ਉਹ ਰੁਜ਼ਗਾਰ ਦੀ ਗੱਲ ਹੈ, ਚਾਹੇ ਭ੍ਰਿਸ਼ਟਾਚਾਰ ਦੀ ਗੱਲ ਆ, ਚਾਹੇ ਕਿਰਤੀਆਂ ਅਤੇ ਕਾਮੇ ਅਤੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਆ, ਆਤਮ ਹੱਤਿਆ ਦੀ ਗੱਲ ਆ, ਚਾਹੇ ਉਹ ਨਸ਼ੇ ਦੀ ਗੱਲ ਆ। ਪਹਿਲਾਂ 10 ਸਾਲ ਅਕਾਲੀ ਦਲ ਦੀ ਬਾਦਲ ਦੀ ਸਰਕਾਰ ਫੇਲ ਹੋ ਗਈ ਔਰ ਕੇਵਲ ਸਰਮਾਇਆ ਇਕੱਠਾ ਕਰਨ ਵਿੱਚ ਲੱਗੀ ਰਹੀ। ਬਿਲਕੁਲ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਕਾਂਗਰਸ ਗਵਰਨਮੈਂਟ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੀ ਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਗਰ ਤੁਸੀਂ ਅੱਖਾਂ ਬੰਦ ਕਰਕੇ ਇੱਕ ਵਾਰ ਝਲਕ ਦੇਖੋਗੇ ਤਾਂ ਐਂ ਲੱਗੂ ਕਿ ਜਿੱਦਾਂ ਸੁਖਬੀਰ ਸਿੰਘ ਬਾਦਲ ਦੀ ਐਕਸਟੈਂਡਡ ਗਵਰਨਮੈਂਟ ਹੈ ਪੰਜਾਬ ਦੇ ਵਿੱਚ। ਹਰ ਕਿਸਮ ਦਾ ਨਸ਼ਾ, ਉਹੀ ਖੁਦਕੁਸ਼ੀਆਂ, 750 ਕਿਸਾਨ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਆਪਣੀ ਜਾਨ ਗਵਾ ਚੁੱਕਾ ਵਾ ਔਰ ਸਾਡੇ ਬੱਚੇ ਟੈਂਕੀਆਂ 'ਤੇ ਚੜ੍ਹਨ 'ਤੇ ਮਜਬੂਰ ਨੇ। ਨਰਸਿਸ ਨੇ 6ਵੀਂ ਮੰਜ਼ਿਲ ਤੋਂ ਛਲਾਂਗ ਮਾਰ ਕੇ ਲੱਤਾਂ ਬਾਹਾਂ ਤੁੜਾਲੀਆਂ ਆਪਣੀਆਂ ਨੌਕਰੀਆਂ ਪੱਕੀਆਂ ਕਰਾਉਣ ਦੇ ਸਿਲਸਿਲੇ 'ਚ। ਸੋ ਇਸ ਲਈ ਇਹ ਜਿਹੜਾ ਵਾਤਾਵਰਨ ਆ, ਇਹਦੇ ਤੋਂ ਪੰਜਾਬ ਦੇ ਲੋਕ ਨਿਜਾਤ ਪਵਾਉਣਾ ਚਾਹੁੰਦੇ ਨੇ ਔਰ ਇਹਨਾਂ ਦੀ ਗੁਲਾਮੀ ਦਾ ਜੂੜਾ ਲਾਉਣਾ ਚਾਹੁੰਦੇ ਨੇ। ਦੇਖੋ, ਇਹੀ ਨਲਾਇਕ ਆ ਨਾ ਸਿਸਟਮ ਸਰਕਾਰ ਦਾ ਕਿ ਇਟ ਇਜ਼ ਕਾਲਡ ਲੈਕ ਆਫ ਪਲੈਨਿੰਗ, ਕਿ ਜਿਹੜੀ ਚੀਜ਼ ਜਿਸ ਵਕਤ ਚਾਹੀਦੀ ਆ। ਜਿਹੜੇ ਬੱਚੇ ਗਰੀਬ ਨੇ, ਜਿਹੜੇ ਪੁੰਜੇ ਟਾਟਾਂ 'ਤੇ ਬੈਠ ਕੇ ਆਪਣੀ ਵਿੱਦਿਆ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਸਿਆਲ ਭਰ ਵਿੱਚ ਇਹ ਵਰਦੀਆਂ ਨਾ ਦੇਣਾ ਕੈਪਟਨ ਅਮਰਿੰਦਰ ਸਿੰਘ ਦੀ ਅਟਰ ਫੇਲੀਅਰ। ਇਕੱਲੀ ਵਰਦੀਆਂ ਨਹੀਂ ਮੇਰੇ ਵੀਰੋ, ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ, ਜਿਹਦੇ 'ਚ ਦਲਿਤ ਬੱਚਿਆਂ ਨੇ ਹਾਇਰ ਐਜੂਕੇਸ਼ਨ ਲੈਣੀ ਕਾਲਜਸ ਵਿੱਚ, ਅੱਜ ਉਹਨਾਂ ਦੀ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਰੁਕੀ ਹੋਈ ਆ ਔਰ ਗਰੀਬ ਬੱਚਿਆਂ ਨੂੰ ਫੀਸਾਂ ਦੇਣ 'ਤੇ ਮਜਬੂਰ ਕੀਤਾ ਜਾ ਰਿਹਾ, ਜਿਹੜੇ ਕਿ ਉਹਨਾਂ ਦੇ ਕੋਲ ਸਾਧਨ ਨਹੀਂ ਗਏ। ਕੁੱਲ ਮਿਲਾ ਕੇ ਉਹਨਾਂ ਨੂੰ ਵਿੱਦਿਆ ਤੋਂ ਵਾਂਝੇ ਕੀਤਾ ਜਾ ਰਿਹਾ। ਪਿਛਲੇ ਪਿੰਡ ਮੈਂ ਪੰਨੀਵਾਲਾ 'ਚ ਔਰ ਮੋਲਾ ਪਿੰਡ ਵਿੱਚ ਮੈਨੂੰ ਕਿਸਾਨਾਂ ਨੇ ਦੱਸਿਆ ਕਿ ਜਿਹੜਾ ਸਾਡਾ ਜਿਹੜੀ ਸਾਡੀ ਕੱਸੀ ਬਣਾਈ ਆ ਉਹਦਾ ਲੈਵਲ ਉਲਟ ਹੈ। ਜਿੱਦਾਂ ਮਤਲਬ ਅਗਰ ਪਾਣੀ ਨੇ ਇੱਧਰ ਨੂੰ ਫਲੋ ਕਰਨਾ ਅਤੇ ਉਹਨੂੰ ਉੱਧਰ ਨੂੰ ਉੱਪੀ ਉੱਚੀ ਆ ਅਤੇ ਉਹ ਪਾਣੀ ਕਿੱਦਾਂ ਜਾ ਸਕਦਾ ਵਾ। ਮੈਂ ਐਕਸਨ ਫਿਰੋਜ਼ਪੁਰ ਅਬੋਹਰ ਨਾਲ ਗੱਲ ਕੀਤੀ ਆ ਤਾਂ ਉਹ ਵੀ ਇਹ ਕਹੀ ਜਾਂਦੇ ਜੀ ਇਹ ਟਿਊਬਵੈੱਲ ਕਾਰਪੋਰੇਸ਼ਨ ਦੀ ਪਲੈਨਿੰਗ ਗਲਤ ਹੈ। ਮਤਲਬ ਸਰਕਾਰ ਦੇ ਖੱਬੇ ਹੱਥ ਨੂੰ ਨਹੀਂ ਪਤਾ ਕਿ ਉਸਦਾ ਸੱਜਾ ਹੱਥ ਕੀ ਕਰ ਰਿਹਾ ਵਾ। ਦੇਖੋ, ਇਹ ਇੱਥੋਂ ਤਾਂ ਮੈਂ ਇਹੀ ਕਹਿ ਸਕਦਾ ਕਿ ਉਹਨਾਂ ਨੂੰ ਆਤਮ ਵਿਸ਼ਵਾਸ ਦੀ ਕਮੀ ਆ, ਲੈਕ ਆਫ ਕੌਨਫੀਡੈਂਸ। ਮਤਲਬ ਰਾਹੁਲ ਗਾਂਧੀ ਉਹਦਾ ਸਾਰੇ ਦੇਸ਼ ਵਿੱਚ ਕਹਿ ਰਹੇ ਨੇ ਅਤੇ ਆਪ ਉਹ 2 ਸੀਟਾਂ ਤੋਂ ਲੜਨਾ ਚਾਹੁੰਦੇ ਨੇ ਚੋਣ। ਇਹਦਾ ਮਤਲਬ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਅਮੇਠੀ ਹੈ ਚੋਣ ਹਲਕਾ, ਉਹਨਾਂ ਦੇ ਵੋਟਰਾਂ ਦੇ ਉੱਤੇ ਵਿਸ਼ਵਾਸ ਨਹੀਂ ਗਾ। ਮੈਂ ਸਮਝਦਾ ਕਿ ਇੱਕ ਲੀਡਰ ਨੂੰ ਇੱਕ ਲੋਕ ਸਭਾ ਜਾਂ ਇੱਕ ਅਸੈਂਬਲੀ ਹਲਕੇ ਤੋਂ ਚੋਣ ਲੜਨੀ ਚਾਹੀਦੀ ਅਗਰ ਉਹਨਾਂ ਨੇ ਲੋਕਾਂ ਦੇ ਵਾਕਈ ਹੀ ਮੁੱਦੇ ਜੈਨੂਨਲੀ ਉਠਾਏ ਹੋਏ। ਹਾਂ, ਗਲਤ ਗੱਲ ਆ, ਮੈਂ ਜ਼ਿਮਨੀ ਚੋਣਾਂ ਦੇ ਸਖ਼ਤ ਖਿਲਾਫ ਹਾਂ, ਪਰ ਸਾਡਾ ਤਾਂ ਐਲਾਨ ਕਾਫੀ ਅਰਸੇ ਤੋਂ ਆ ਔਰ ਅਸੀਂ ਇੱਕ ਵਿਚਾਰਧਾਰਕ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਤੋਂ ਜੁਦਾ ਹੋਏ ਹਾਂ ਔਰ ਮੈਨੂੰ ਆਪਣੀ ਜਿਹੜੀ ਸੀਟ ਆ ਭੁਲੱਥ ਦੀ, ਉਹ ਮੈਂ ਵੈਸੇ ਵੀ ਉਸ ਸੀਟ ਨੂੰ ਛੱਡਣਾ ਪੈਣਾ ਸੀਗਾ ਕਿਉਂਕਿ ਮੈਂ ਇੱਕ ਨਵੀਂ ਪਾਰਟੀ ਬਣਾਈ ਆ। ਪਰ ਜਿਹੜੇ ਕਾਂਗਰਸ ਅਤੇ ਅਕਾਲੀਆਂ ਦੇ ਵਿਧਾਇਕ ਲੜਨ ਆ ਰਹੇ ਨੇ ਉਹ ਡੈਫੀਨੇਟਲੀ ਪਬਲਿਕ ਐਕਸਟੈਕਰ ਅਤੇ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਬੋਝ ਪਾਉਣਗੇ, ਕਿਉਂਕਿ ਜਦੋਂ ਜ਼ਿਮਨੀ ਚੋਣ ਆਉਂਦੀ ਆ ਸਾਰੀ ਸਰਕਾਰ ਆਣ ਕੇ ਮੰਤਰੀ ਸੰਤਰੀ ਬਹਿੰਦੇ ਨੇ, ਕਰੋੜਾਂ ਰੁਪਏ ਖਜ਼ਾਨੇ ਦੇ ਬਰਬਾਦ ਕਰਦੇ ਨੇ ਔਰ ਅਮਲੀ ਜਿਹੜਾ ਸਰਕਾਰੀ ਅਮਲਾ ਅਮਲੀ ਕੰਮ ਹੈ ਸਾਰਾ ਜਿਹੜਾ ਅਮਲੇ ਦਾ ਉਹ ਟੋਟਲ ਫੁੱਲ ਸਟੋਪ 'ਤੇ ਆ ਜਾਂਦਾ। ਇਸ ਲਈ ਜ਼ਿਮਨੀ ਚੋਣਾਂ ਜਿੰਨੀਆਂ ਹੋ ਸਕਣ ਅਵੋਇਡ ਕੀਤੀਆਂ ਜਾਣੀਆਂ ਚਾਹੀਦੀਆਂ ਔਰ ਖਾਸ ਤੌਰ 'ਤੇ ਪੰਜਾਬ ਜਿਹੜਾ 2.5 ਲੱਖ ਕਰੋੜ ਦਾ ਕਰਜ਼ਈ ਆ, ਜਿਹੜਾ ਤਨਖਾਹਾਂ ਨਹੀਂ ਦੇ ਸਕਦਾ, ਜਿਹੜਾ ਗਰੀਬਾਂ ਦੀ ਪੈਨਸ਼ਨਾਂ ਨਹੀਂ ਦੇ ਸਕਦਾ, ਆਟੇ ਦਾਲ ਦੀ ਸਕੀਮ ਨਹੀਂ ਚਲਾ ਸਕਦਾ, ਉਹਨਾਂ ਵਾਸਤੇ ਇਹ ਜ਼ਿਮਨੀ ਚੋਣਾਂ ਜਿਹੜੀਆਂ ਨੇ ਇੱਕ ਬਹੁਤ ਵੱਡਾ ਬੋਝ। Watching Channel Y, a South Asian Canadian channel.